ਹਾਂ ਬਿਲਕੁਲ, ਅਸੀਂ ਉਹਨੂੰ ਪੁੱਲ ਦੇ ਉੱਤੇ ਜਾ ਰਹੇ ਹਾਂ, ਪੁੱਲ ਦੇ ਉੱਤੇ ਇੰਸਪੈਕਸ਼ਨ ਕਰਾਂਗੇ, ਜਿੱਥੇ ਇੱਥੇ ਵੀ ਸਾਨੂੰ ਕੋਈ ਕਮੀ ਨਜ਼ਰ ਆਈ ਤੇ ਉਹਨੂੰ ਅਸੀਂ ਦੂਰ ਕਰਾਂਗੇ। ਬਿਲਕੁਲ, ਅਸੀਂ ਲਿਖ ਕੇ ਦੇਵਾਂਗੇ ਕਿਸੇ ਵੀ ਠੇਕੇਦਾਰ ਨੂੰ ਜਾਂ ਪੇਮੈਂਟ ਨਾ ਕੀਤੀ ਜਾਵੇ ਜਦੋਂ ਤੱਕ ਇਹ ਪੁੱਲ ਦੀ ਸਾਰੇ ਪਾਸਿਓ ਪ੍ਰੋਪਰ ਵੇ ਨਾਲ ਸਾਡੀ ਮਤਲਬ ਸੇਫਟੀ ਵਾਈਜ਼ ਔਰ ਲੋਡ ਵਾਈਜ਼ ਜਾਂ ਹਰ ਪਾਸਿਓ ਟੈਕਨੀਕਲੀ ਵਾਈਜ਼ ਇਹ ਬਿਲਕੁਲ ਜਦ ਤੱਕ ਸਾਨੂੰ ਇਹਦੀਆਂ ਕਲੀਅਰੈਂਸਾਂ ਨਹੀਂ ਮਿਲਦੀਆਂ ਉਸ ਤੱਕ ਕਿਸੇ ਵੀ ਠੇਕੇਦਾਰ ਨੂੰ ਮੇਰਾ ਫਿਲਹਾਲ ਅਸੀਂ ਦੇਖ ਰਹੇ ਹਾਂ ਜੇ ਲੋੜ ਪਈ ਜਿੱਥੇ ਸਾਨੂੰ ਅਨਸੇਫ ਲੱਗਿਆ ਉੱਥੇ ਜ਼ਰੂਰ ਬੰਦ ਕਰਾਂਗੇ, ਜੇ ਲੋੜ ਨਾ ਪਈ ਫਿਰ ਨਹੀਂ ਬੰਦ। ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਗੈਪ ਪਿਆ ਹੋਇਆ ਹਲੇ ਵੀ। ਹਾਂ ਦੇਖਿਆ ਤੁਸੀਂ? ਨਹੀਂ ਮੈਂ ਇਹ ਦੇਖਿਆ ਟੈਕਨੀਕਲੀ, ਦੇਖਣਾ ਪੈਣਾ ਵੀ ਇਹ ਪੀਟੀ ਸਾਹਿਬ ਇਹ ਆਪਣਾ ਇਹਦਾ ਗੈਪ ਹੋਣਾ ਹੁੰਦਾ ਜ਼ਰੂਰੀ ਹੈ। ਮੈਂਡੇਟਰੀ ਹੈ, ਬਾਕੀ ਆਪਾਂ ਟੈਕਨੀਕਲੀ ਫਿਰ ਵੀ ਦੇਖ ਕੇ ਜੋ ਵੀ ਹੋਇਆ ਕਰ ਲਾਂਗੇ। ਬੇਫਿਕਰ ਹੋ, ਇਹ ਲੋਕਾਂ ਦਾ ਪੈਸਾ, ਸਾਡੇ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਪੁੱਲ ਬਣਿਆ ਤੇ ਇਹਨੂੰ ਬਿਲਕੁਲ ਅਸੀਂ ਅਜਾਇਆ ਨਹੀਂ ਜਾਣ ਦਾ। 1-1 ਰੁਪਈਏ ਦਾ ਹਿਸਾਬ ਵੀ ਲਿਆ ਜਾਊਗਾ, ਜੇ ਕਿਤੇ ਗੜਬੜ ਹੋਊਗੀ ਤੇ ਅਸੀਂ ਉਹਦੇ ਉੱਤੇ ਕਾਰਵਾਈ। ਪਾਣੀ ਵੀ ਭਰਦਾ ਪੁੱਲ ਦੇ ਉੱਤੇ? ਹਾਂ, ਅਸੀਂ ਉਹ ਵੀ ਦੇਖਦੇ ਹਾਂ ਜਿੱਥੇ ਜਿੱਥੇ ਪਾਣੀ ਖੜਦਾ ਹੈਗਾ ਡੰਪ ਦਾ ਪਾਣੀ, ਉਹ ਵੀ ਅਸੀਂ ਦੇਖ ਕੇ ਦੇਖਾਂਗੇ। ਇਹ ਮੈਨੂੰ ਐਸਾ ਲੱਗਦਾ ਹੈ, ਜਦ ਮੇਰਾ ਮਾਨਣਾ ਹੈ, ਵੈਸੇ ਤਾਂ ਬਾਕੀ ਟੈਕਨੀਕਲ ਟੀਮ ਬਤਾਏਗੀ, ਮੇਰਾ ਮਾਨਣਾ ਇਹ ਹੈ, ਠੀਕ ਹੈ, ਮੇਰਾ ਮਾਨਣਾ ਇਹ ਹੈ ਕਿ ਕਿਸੇ ਵਹੀਕਲ ਨੇ ਹਿੱਟ ਕੀਆ ਹੈ ਔਰ ਵਾਈਬ੍ਰੇਸ਼ਨ ਬਾਰ ਬਾਰ ਹੋ ਰਹੀ, ਉਸ ਵਜ੍ਹਾ ਸੇ ਗਿਰਾ ਹੈ। ਬਾਕੀ ਬਾਕੀ ਟੈਕਨੀਕਲ ਟੀਮ ਬਤਾ ਪਾਏਗੀ। ਕਮਜ਼ੋਰੀ ਇਤਨੀ ਹੈ ਕਿ ਵਹੀਕਲ ਕਰਕੇ ਨਾ ਹੋ ਜਾਏਗਾ, ਮਨ ਨੂੰ ਕਸਮ ਆ ਜਾਏ, ਵਹੀਕਲ ਨੇ ਹਿੱਟ ਕੀਆ ਉਹ ਤਾਂ ਕਈ ਵਾਰ ਛੋਟਾ ਹੈ, ਹੋ ਜਾਂਦਾ ਹੈ ਕਈ ਵਾਰ ਨਾ, ਬਟ ਠੀਕ ਹੈ, ਇਸ ਵਿੱਚ ਜੋ ਵੀ ਕਮੀ ਰਹੀ ਹੋਗੀ ਉਸ ਕੋ ਆਈਡੈਂਟੀਫਾਈ ਕਰੇਗੀ।